ਹਾਂਜੀ ਸਾਰੇ ਪਾਸੇ ਵੀਡੀਓ ਪਚਾਇਆ ਤੁਹਾਨੂੰ ਦਿਖਾਉਨੇ ਆ ਜੀ ਰੂਸ ਨੂੰ ਕੌਣ ਹੁਣ ਬਚਾ ਸਕਦਾ ਰੂਸ ਨੂੰ ਬਚਾ ਸਕਦਾ ਜੀ ਮੋਦੀ ਭਾਰਤੀ ਮੀਡੀਆ ਦੇ ਅਨਸਾਰ ਮੀਡੀਆ ਦੀਆਂ ਕਰਤੂਤਾਂ ਦਿਖਾਉਨੇ ਆ ਜੀ ਭਾਵੇਂ ਮੋਦੀ ਮੀਡੀਆ ਹੋਵੇ ਤੇ ਪੰਜਾਬੀ ਮੀਡੀਆ ਨੇ ਤਾਂ ਮੈਂ ਕਿਹਾ ਅੱਤੇ ਹੀ ਕਰਾਈ ਪਈ ਆ ਭਰਾਵੋ ਜਣਖਣਾ ਮੈਕ ਜਿਆ ਲਾਗੇ ਕਹਿੰਦਾ ਆਪਾਂ ਹੀ ਆ ਜੀ ਸਾਰਾ ਕੁਝ ਤੁਹਾਨੂੰ ਦਿਖਾਉਨੇ ਆ ਜੀ ਇਹ ਮੋਦੀ ਮੀਡੀਆ ਦੇਖੋ ਰੂਸ ਨੂੰ ਕੌਣ ਕਰਨ ਚਲਾਇਆ ਰੂਸ ਤੋਂ ਯੂਕਰੇਨ ਨਹੀਂ ਹੋ ਕਰ ਹੋਇਆ ਸਾਰੇ ਪਾਸੇ ਸ਼ੇਅਰ ਕਰੋ ਤੁਹਾਨੂੰ ਹੋਰ ਵੀ ਕਰਤੂਤਾਂ ਦਿਖਾਉਨੇ ਆ ਤੇ ਭਰਾਵੋ ਹੱਥ ਜੋੜੇ ਆ ਜਿਹੜੇ ਜਣੇ ਖਣੇ ਉੱਤੇ ਇੰ ਪੱਤਰਕਾਰ ਬਣਿਓ ਆ ਆ ਭਰਾਵੋ ਯਾਰ ਇੰਨੀ ਕ ਕਾਮਨ ਸੈਂਸ ਦੀ ਗੱਲ ਹੈ ਨਹੀਂ ਆ ਵੀਡੀਓ ਸਾਰੇ ਵੱਡੇ ਵੱਡੇ ਚੈਨਲਾਂ ਨੇ ਸ਼ੇਅਰ ਕੀਤੀ ਪਈ ਐ ਨਹੀਂ ਜ਼ਿੰਮੇਵਾਰੀ ਲਈ ਆ ਉਹ ਭਰਾਵੋ ਕਿਸੇ ਫੇਕ ਜੀ ਆਈਡੀ ਨੇ ਲਿਖਤਾ ਤੇ ਤੁਸੀਂ ਇਹ ਆਪਣੇ ਆਚਾਰ ਵਿਊਨ ਦੀ ਖਾਤਰ ਤੁਸੀਂ ਇਹ ਚੀਜ਼ ਨੂੰ ਵਾਇਰਲ ਕਰਦੇ ਪੈ ਝੂਠ ਫੇਕ ਨੂੰ ਦੇਖੋ ਜੀ ਪਤਾ ਨਹੀਂ ਕੋਈ ਉਦਾਂ ਹੀ ਲਾਰੈਂਸ ਬਿਸ਼ਨ ਉਹੀ ਗਰੁੱਪ ਕਿਸੇ ਨੇ ਪੇਜ ਉਹ ਕੀਤਾ ਹੈ ਤੇ ਉਸਨੇ ਲਿਖਤਾ ਵੀ ਆਪਾਂ ਸੰਦੀਪ ਵੀਰ ਨੂੰ ਮਾਰਿਆ ਤੇ ਚਾਲ ਜੀ ਆਪਣੇ ਆਪਣੇ ਨਿਊਜ਼ ਵਾਲਿਆਂ ਨੇ ਪੇਜਾਂ ਵਾਲਿਆਂ ਨੇ ਚੱਕ ਲਓ ਜੀ ਰੱਖ ਲਓ ਜੀ ਲੈ ਲਿਆ ਜੀ ਆਪਣੇ ਸਿਰ ਤੇ ਉਹਨੇ ਆ ਉਹ ਭਰਾਵੋ ਸਾਰੀ ਤਾਂ ਉਹਨੇ ਪੰਜਾਬੀ ਰੋਂਗ ਲਿਖੀ ਹੋ ਆ ਸਾਰੀ ਪੰਜਾਬੀ ਰੋਂਗ ਲਿਖੀ ਹੋ ਆ ਇਹਨੇ ਸਾਰੀ ਪੜਿਓ ਚੱਜ ਨਾਲ ਪੰਜਾਬੀ ਦੀ ਵੀ ਨਹੀਂ ਤਾਂ ਭਰਾਵੋ ਪੱਟੀ ਮੇਸ ਕੀਤੀ ਪਈ ਆ ਸਾਰੀਆਂ ਗੱਲਾਂ 'ਚ ਸੋ ਬਾਈ ਜੀ ਬਈ ਯਾਰ ਸਹੀ ਗੱਲ ਆ ਹਨਾ ਵੀ ਸਾਰਾ ਕੁਝ ਤੁਹਾਡੇ ਲਈ ਵਿਊ ਹੀ ਹੋ ਗਏ ਆ ਬਈ ਬਾਈ ਪਹਿਲਾਂ ਖਬਰ ਦੀ ਜਾਂਚ ਕਰ ਲਿਆ ਕਰੋ ਹਾਂਜੀ ਤੇ ਹੋਰ ਦਿਖਾਉਣਾ ਬਾਈ ਜੀ ਉਧਰ ਰੂਸ ਦਾ ਰੂਸ ਦਾ ਨਹੀਂ ਆਪਣੇ ਚੀਨ ਦਾ ਆਸਟ੍ਰੇਲੀਆ ਨਾਲ ਪੰਗਾ ਪੈ ਗਿਆ ਤੇ ਦੁਨੀਆ 'ਚ ਬਹੁਤ ਕੁਝ ਹੋ ਰਿਹਾ ਤੇ ਸ਼ੁਕਰ ਕਰਦਾ ਮੈਂ ਤਾਂ ਭਰਾਵੋ ਲੱਖ ਵਾਰੀ ਮੈਂ ਕੈਨੇਡਾ 'ਚ ਆ ਨਹੀਂ ਤਾਂ ਹੁਣ ਨੂੰ ਮੈਂ ਤਿਹਾਰ 'ਚ ਕੀ ਮੇਰਾ ਤਾਂ ਗੱਡੀ ਚਾੜਿਆ ਹੁਣੇ ਆ ਸੀ ਮੋਦੀ ਹੁਣੀ ਮੈਨੂੰ ਆ ਮੁੰਡੇ ਦਾ ਕਸੂਰ ਕੀ ਆ ਕਸੂਰੀ ਤੇ ਦੋ ਆ ਇੱਕ ਇਹ ਮੁਸਲਮਾਨ ਆ ਦੂਜਾ ਇੰਡੀਆ ਚ ਤੇ ਇਹਨੇ ਕੀ ਕੀਤਾ ਬਾਈ ਜੀ ਜੋਗੀ ਦਿੱਤਿਆ ਨਾਲ ਦੀ ਫੋਟੋ ਜਿੱਦਾਂ ਬਈ ਬਈ ਫੋਟੋ ਨੂੰ ਬਈ ਲਾਈਕ ਕਹਿ ਸਕਦੇ ਆ ਬਈ ਹੋਰ ਤਰ੍ਹਾਂ ਦੀ ਕਰਤਾ ਸੀ ਹਾਂਜੀ ਐਡਿਟ ਕਰਕੇ ਉਸਦੇ ਚਿਹਰੇ ਤੇ ਕੁਝ ਹੋਰ ਚਿਹਰਾ ਲਾਤਾ ਵਾਟ ਐਵਰ ਜੋ ਵੀ ਆ ਜੀ ਤੇ ਇਸ ਨੂੰ ਪੁਲਿਸ ਨੇ ਨਾਲੇ ਹੀ ਛੱਟੇ ਹੀ ਚੱਕ ਲਿਆ ਰੇਪ ਕਰਕੇ ਭਾਵੇਂ ਬੰਦਾ ਜੋ ਮਰਜੀ ਕਰ ਦਵੇ ਹਾਂਜੀ ਤੇ ਬਾਕੀ ਆਪਣੇ ਆਪਣੇ ਲਖੀਮਪੁਰ ਖੀਰੀਚ ਕਿਸਾਨਾਂ ਦੇ ਗੱਡੀ ਚੜਨ ਵਾਲਾ ਭਾਵੇਂ ਆਜ਼ਾਦ ਆ ਪਰ ਜਿਸ ਨੇ ਜੋਗੀ ਦਿੱਤਿਆ ਨਾ ਦੀ ਫੋਟੋ ਐਡਿਟ ਕਰਕੇ ਬਿੰਗੀ ਟੇਢੀ ਕੀਤੀ ਹੈ ਚਲੋ ਜੀ ਚੱਕ ਲੋ ਪੁਲਿਸ ਨੇ ਤੇ ਧਰਾਵਾ ਵੀ ਤੇ ਕਿਹੜੀਆਂ ਲਾਈਆਂ ਉਹ ਵੀ ਤੁਹਾਨੂੰ ਦਿਖਾਉਣਾ ਪ੍ਰਭੂ ਕੋਈ ਉੱਥੇ ਉਹ ਹੈ ਨਹੀਂ ਕਿ ਕੋਈ ਡੈਮੋਕ੍ਰੇਸੀ ਹੈ ਨਹੀਂ ਇੰਡੀਆ ਜੇ ਤੁਸੀਂ ਬਾਈ ਜੀ ਕੁਝ ਬੋਲ ਹੀ ਨਹੀਂ ਸਕਦੇ ਹੱਦਿਆ ਯਾਰ ਖਾਨਿਆ ਜੀ ਦਾ ਨਾਂ ਤੇ ਇੱਤੇ ਧਾਰਾ ਵਾ ਦੇਖ ਲਓ ਕਿਹੜੀਆਂ ਕਿਹੜੀਆਂ ਸੈਂਕਸ਼ਨਸ ਲੱਗੀਆਂ ਸੋ ਜਿਹੜੇ ਇੰਡੀਆ 'ਚ ਰਹਿੰਦੇ ਥੋੜਾ ਧਿਆਨ ਨਾਲ ਖਿਆਲ ਨਾਲ ਭਰਾਵੋ ਮੋਦੀ ਵਿਰੋਧ ਕਰਿਆ ਕਰੋ ਉੱਥੇ ਝੱਟ ਧਾਰਾ ਲਾ ਦਿੰਦੇ ਆ ਦੇਖੋ ਜੀ 152 ਵੀ 505 ਵਾਟ ਐਵਰ ਜੋ ਵੀ ਆ ਕਸੂਰ ਇਹੇ ਸੀ ਜੋਗੀ ਦਿੱਤਿਆ ਨਾ ਦੀ ਫੋਟੋ ਮਰਜੀ ਬਿੰਗੀ ਟੈਡੀ ਐਡਿਟ ਕਰਕੇ ਕਰਤੀ ਤੇ ਚੱਕ ਲਿਆ ਪੁਲਿਸ ਨੇ ਬਾਈ ਬਹੁਤ ਔਖਾ ਉੱਥੇ ਦਾ ਘੱਟ ਗਣਤੀਆਂ ਦਾ ਬਾਈ ਬਹੁਤ ਜ਼ਿਆਦਾ ਹੀ ਔਖਾ ਯਾਰ ਤੇ ਬਾਕੀ ਬੀਜੇਪੀ ਦੇ ਕੰਮ ਦੇਖ ਲਓ ਨੱਚ ਕੋਈ ਝੂਠ ਆ ਤਾਂ ਦੱਸਿਓ ਤੁਹਾਨੂੰ ਇੱਕ ਚੀਜ਼ ਦਿਖਾਉਣਾ ਇੱਕ ਸਕਿੰਟ ਇਹ ਚ ਕੋਈ ਝੂਠ ਆ ਤਾਂ ਦੱਸਿਓ ਹਾਂਜੀ ਇੱਕ ਇੱਕ ਫਿਲਮ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਸ ਨੂੰ ਟੈਕਸ ਤੋਂ ਮੁਕਤ ਕਰਤਾ ਜੀ ਯੂਪੀ ਨੇ ਹਿਮਾਚਲ ਨੇ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਸਾਰਿਆਂ ਨੇ ਉਹ ਫਿਲਮ ਚਲੋ ਠੀਕ ਹੈ ਜੋ ਹੋਇਆ ਮਾੜਾ ਹੋਇਆ ਪਰ ਉਸ ਫਿਲਮ ਨੂੰ ਭਾਰਤ ਕੇ ਕਿੱਦਾ ਬ੍ਰੇਨਵਾਸ਼ ਕੀਤਾ ਯਾਰ ਉਹਦੇ ਬਾਰੇ ਵੀਡੀਓ ਚੰਗੀ ਤਰ੍ਹਾਂ ਕਰੂੰਗਾ ਤੇ ਜਿਸ ਤੇ ਉਹ ਫਿਲਮ ਕੀਤੀ ਅਨੁਭਮ ਖੇਰ ਨੇ ਆਪਣੀ ਕਸ਼ਮੀਰ ਫਾਈਲਸ ਤੇ ਜਦੋਂ ਉਸ ਵੇਲੇ ਕਸ਼ਮੀਰ ਚ ਜਦੋਂ ਕੀਤਾ ਗਿਆ ਸੀ ਉਸ ਵੇਲੇ ਸਰਕਾਰ ਪੜ ਲਿਓ ਕਿਹੜੇ ਸਨ ਚੌਥੇ ਇਦਾਂ ਕੀਤਾ ਗਿਆ ਸਰਕਾਰ ਕੀ ਦੀ ਸੀ ਗੋਧਰਾ ਚ ਜਦੋਂ ਆਪਣੇ ਮਾਰਿਆ ਗਿਆ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਉਦੋਂ ਕਜੀ ਸਰਕਾਰ ਸੀ ਬੀਜੇਪੀ ਦੀ ਸੰਸਦ ਤੇ ਜਦੋਂ ਹਮਲਾ ਹੋਇਆ ਸੀਗਾ ਅਟੈਕ ਹੋਇਆ ਸੀ ਉਦੋਂ ਕੌਣ ਸੀ ਬੀਜੇਪੀ ਕਾਰਗਿਲ ਚ ਜਦੋਂ ਹੋਇਆ ਕਸਪੈਟ ਕੌਣ ਸੀ ਬੀਜੇਪੀ ਪਲਵਾਮਾ ਚ ਆਪਣੇ ਫੌਜੀ ਸ਼ਹੀਦ ਕਰਵਾਏ ਗਏ ਸੀ ਆਪਣੀਆਂ ਵੋਟਾਂ ਦੀ ਖਾਤਰ ਉਹ ਕੌਣ ਸੀ ਬੀਜੇਪੀ ਬੀਜੇਪੀ ਇੱਕ ਜਹੀ ਪਾਰਟੀ ਆ ਜਿਹੜੀ ਆਪਣੀ ਆਪਣੀ ਉਹ ਕੀ ਕਹਿੰਦੇ ਆਪਣੀਆਂ ਕਮੀਆਂ ਨੂੰ ਕਮੀਆਂ ਦੀ ਮਾਫੀ ਨਹੀਂ ਮੰਗਦੀ ਕਮੀਆਂ ਦੀ ਵੋਟ ਮੰਗਦੀ ਹੈ ਤੇ ਬਾਕੀ ਭਗਤ ਲੋਕ ਬਿਊਟ ਪਾ ਵੀ ਦਿੰਦੇ ਆ ਬਾਈ ਜੀ ਹਾਂਜੀ ਤੇ ਬਾਕੀ ਹੋਰ ਵੀ ਦਿਖਾਉਣੇ ਆ ਜੀ ਤੁਹਾਨੂੰ ਤੇ ਉਧਰ ਇੱਕ ਹੋਰ ਹੀ ਰੌਲਾ ਪੈ ਗਿਆ ਭਰਾਵੋ ਇਹ ਬੰਦਾ ਜੀ ਅਮਰੀਕਾ ਦਾ ਆ ਆ ਦੇਖ ਸਕਦੇ ਇਹਦੇ ਝੰਡਾ ਲੱਗਾ ਆ ਅਮਰੀਕਾ ਦਾ ਤੇ ਇਹ ਗਿਆ ਹੋਇਆ ਸਪੇਸ ਸਟੇਸ਼ਨ ਤੇ ਜਿਹੜਾ ਸਾਡੇ ਸਿਰ ਤੇ ਘੁੰਮਦਾ ਹੁਣ ਮੈਂ ਕਈ ਵਾਰੀ ਦੱਸਿਆ ਵੀ ਜਿਹੜੇ ਸਪੇਸ ਸਟੇਸ਼ਨ ਤੋਂ ਜਾਂਦੇ ਦਾ ਚਲੋ ਅਮਰੀਕਾ ਤੋਂ ਵੀ ਬਾਦੂ ਆ ਪਰ ਉਤਰਨ ਦਾ ਮੋਸਟਲੀ 90% ਤੋਂ ਜ਼ਿਆਦਾ ਜਾਂ ਮੋਸਟਲੀ ਸਾਰੇ ਉੱਤਰ ਦੇ ਕਜ਼ਾਗਿਸਤਾਨ 'ਚ ਹੀ ਆ ਹੁਣ ਇਹਦਾ ਵਿਚਾਰੇ ਦਾ ਰੌਲਾ ਪਿਆ ਸੀ ਰੂਸ ਤੇ ਅਮਰੀਕਾ ਦੇ ਪੰਗਿਆਂ ਕਰਕੇ ਅੱਜ ਰੂਸ ਨੇ ਜੋ ਬਾਈਡਨ ਤੇ ਕਰਤਾ ਜਸਟਨ ਰੂਡੋ ਤੇ ਕੈਨੇਡਾ ਦੀ ਡਿਫੈਂਸ ਮਿਨਿਸਟਰ ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਤੇ ਕੈਨੇਡਾ ਦੇ ਸਾਰੇ ਐਮਪੀਆ ਤੇ ਲਾਤਾ ਵੀ ਉਹ ਕਦੀ ساری ਉਮਰ ਹੁਣ ਰੂਸ ਨਹੀਂ ਜਾ ਸਕਦੇ ਸੋ ਬਾਈ ਜੀ ਇਹ ਅਮਰੀਕਾ ਦਾ ਸਪੇਸ ਸਟੇਸ਼ਨ 'ਚ ਇਨਸਾਨ ਆ ਤੇ ਰੂਸ ਵਾਲੇ ਕਹਿੰਦੇ ਆਪਾਂ ਇਹਨੂੰ ਲੈ ਕੇ ਨਹੀਂ ਜਾਣਾ ਆਪਾਂ ਇਹਨੂੰ ਉੱਥੇ ਹੀ ਛੱਡਿਆ ਹਣਾ ਸੋ ਇਹਦਾ ਵਿਚਾਰੇ ਦਾ ਬਹੁਤ ਰੋਲਾ ਪਿਆ ਸੀ ਅਮਰੀਕਾ ਦਾ ਹੋ ਗਿਆ ਜਿਹੜਾ ਸਭ ਤੋਂ ਵੱਧ ਟਾਈਮ ਤੱਕ ਅਮਰੀਕਾ ਦਾ ਸਪੇਸ ਚ ਰਿਹਾ ਤੇ 30 ਮਾਰਚ ਨੂੰ ਇਹਨੂੰ ਲੈ ਕੇ ਆ ਰਹੇ ਆ ਹੁਣ ਰਸ਼ੀਆ ਵਾਲੇ ਕਜ਼ਾਕਿਸਤਾਨ ਚ ਕਿਉਂ ਉਤਰਦੇ ਆ ਜਿਹੜੇ ਉੱਤੇ ਜਾਂਦੇ ਉੱਤਰਦੇ ਸਾਰੀ ਦੁਨੀਆ ਪਈ ਉੱਤਰਦੇ ਉੱਥੇ ਹੀ ਕਹਤੇ ਆ ਹਾਂਜੀ ਇਹਦੇ ਬਾਰੇ ਵੀ ਦੱਸਾਂਗੇ ਤੇ ਹੁਣ ਕਹਿੰਦੇ ਸ਼ਾਇਦ ਇਹਨੂੰ ਲਿਆਂਦਾ ਜਾਊਗਾ ਹਾਂਜੀ ਤੇ ਹੋਰ ਦਿਖਾਉਨੇ ਆ ਪ੍ਰਾਵੋ ਤੇ ਇੱਕ ਗੱਲ ਆਪਣੇ ਸਾਰੇ ਕੈਨੇਡਾ ਵਾਲੇ ਰਿਸ਼ਤੇਦਾਰਾਂ ਨਾਲ ਸਪੈਸ਼ਲੀ ਸਾਂਝੀ ਕਰਿਓ ਬਾਈ ਜੀ ਇਹ ਦੇਖੋ ਜੀ ਇਹ ਇਹ ਆਪਣੀ ਕੋਈ ਕੁੜੀ ਅੰਟਾਰੀਓ ਸਾਈਡ ਵਿਚਾਰੀ ਦੀ ਕਾਰ ਚੋਰੀ ਹੋ ਗਈ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਦਾ ਬਾਈ ਜੀ ਉੱਥੇ ਲੋਕ ਬਹੁਤ ਜ਼ਿਆਦਾ ਛੜਦੇ ਆ ਸਪੈਸ਼ਲੀ ਜੇ ਕਿਸੇ ਕੋਈ ਗੱਡੀ ਆ ਵਧੀਆ ਆ ਉੱਥੋਂ ਦਾ ਬਾਈ ਜੀ ਬਸ ਖੜਿਆ ਨੂੰ ਅੱਗ ਲੱਗ ਜਾਂਦੀ ਆ ਪਤਾ ਨਹੀਂ ਜਿੱਦਾਂ ਹਨਾ ਬਈ ਚਗਿਆੜੇ ਪੈਂਦੇ ਹੁੰਦੇ ਕਣਕਾਂ ਨੂੰ ਅੱਗ ਲੱਗਦੀ ਪੱਕੀਆਂ ਨੂੰ ਇਹ ਵਿਚਾਰੀ ਦੀ ਇੱਕ ਕਾਰ ਚੋਰੀ ਹੋ ਗਈ ਆ ਸ਼ੇਰਨੀ 7 ਇਸ ਦਾ ਹੈ ਨੰਬਰ ਪਲੇਟ ਆ ਤੇ ਚੋਰੀ ਹੋ ਗਈ ਆ ਜੇ ਕਿਸੇ ਨੂੰ ਦਿ세 ਦਾ ਭਰਾਵੋ ਸੰਪਰਕ ਕਰ ਲਿਓ ਤੇ ਇਹ ਦੇਖੋ ਜੀ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣਾ ਬਾਈ ਜੀ ਜਿਹੜੀਆਂ ਇੱਥੇ ਆਪਾਂ ਨੰਬਰ ਪਲੇਟਾਂ ਆਪਣੇ ਨਾਵਾਂ ਦੀਆਂ ਲੇ ਇਹ ਜਾਂ ਜੋ ਵੀ ਤੇ ਇਹ ਜੀ ਅੰਟਾਰੀਓ ਦੀ ਕਾਰ ਆ ਤੇ ਆ ਹੈਗੀ ਆ ਜੀ ਆਪਣੇ ਸਰੀ ਦੀ ਆਪਣੇ ਸਰੀ ਦੇ ਬਾਈ ਆ ਹਨਾ ਪਾਉ 05 ਇਸ ਦੀ ਪਲੇਟ ਸੀ ਤੇ ਇਹ ਜੀਪ ਸਾਰੀ ਨੂੰ ਕੋਈ ਤੋੜ ਗਿਆ ਬਾਈ ਜੀ ਇਹ ਬਾਈ ਦੀ ਪਾਉ 05 ਟਿਕਟੋਕ ਦੇ ਭਾਵੇਂ ਦੇਖ ਲਿਓ ਨੇ ਪਾਈ ਸੀ ਸਾਰੀ ਜੀਪ ਦਾ ਬਾਈ ਜੀ ਚੱਕਣਾ ਚੂਰੀ ਕਰ ਗਿਆ ਭਈ ਕਿਸੇ ਨੂੰ ਇੰਨੀ ਅੱਗ ਲੱਗੀ ਹੋ ਸੀ ਵੀ ਇਹ ਜੀਪ ਘਮਾਉਂਦਾ ਕਾਤੇ ਅਸਰ ਹੀ ਜੋ ਵਟ ਐ ਬਰ ਪ੍ਰਭੂ ਬਹੁਤ ਸਾੜਾ ਇੱਥੇ ਲੋਕਾਂ ਦੇ ਦਿਲਾਂ ਨਰਦੇ ਹੀ ਨਹੀਂ ਯਾਰ ਇੱਥੇ ਦਾ ਕੋਈ ਕੁਲਚੇ ਵੇਚ ਦੇਵੇ 2 ਰੁਪਏ ਦੇ ਕੰਦੀ ਨੇ ਵੇਚੇਗਾ ਤੇ ਘਰੋ ਹੀ ਦੀ ਰਿਪੋਰਟ ਬਾਈ ਜੀ ਆ ਦੇਖ ਲਓ ਪ੍ਰਭੂ ਇਹ ਹਾਲ ਹੈ ਇੱਥੇ ਆਪਣੇ ਲੋਕਾਂ ਦਾ ਸੋ ਬਾਈ ਸੋ ਇੱਥੇ ਨੰਬਰ ਪਲੇਟਾਂ ਜਿਹੜੀਆਂ ਨਾਮਾਂ ਤੇ ਲੈਣੀਆਂ ਸੋ ਉਹ ਜ਼ਿਆਦਾਤਰ ਉਹ ਮਤਲਬ ਆਪਣੇ ਲਈ ਬਈ ਮਾੜੀਆਂ ਹੀ ਸਾਬਤ ਹੁੰਨੀਆਂ ਹਾਂਜੀ ਕਿਉਂਕਿ ਇਦਾਂ ਫਿਰ ਚੀਜ਼ ਨਿਗਾਹ 'ਚ ਜਲਦੀ ਆ ਜਾਂਦੀ ਆ ਜੋ ਵੀ ਹੋਇਆ ਮਾੜਾ ਹੋਇਆ ਤੇ ਉਧਰ ਆਸਟ੍ਰੇਲੀਆ ਤੋਂ ਵੀ ਇਹ ਭਰਾ ਬਹੁਤ ਦੇਖਦੇ ਆ ਆਸਟ੍ਰੇਲੀਆ ਵਾਲਿਆਂ ਨੇ ਵੀ ਸਾਂਝੀ ਕਰਿਓ ਤੇ ਇੱਕ ਤੱਥ ਜੀ ਦੁਨੀਆ 'ਚ ਸਭ ਤੋਂ ਵੱਧ ਹਥਿਆਰ ਕੌਣ ਵੇਚਦਾ ਸਭ ਤੋਂ ਵੱਧ ਹਥਿਆਰ ਵੇਚਦਾ ਬਾਈ ਜੀ ਜਿਹੜਾ ਪਤਾ ਹੀ ਆ ਤੁਹਾਨੂੰ ਅਮਰੀਕਾ ਅਮਰੀਕਾ ਸਭ ਤੋਂ ਵੱਧ ਹਥਿਆਰ ਵੇਚਦਾ ਜੀ ਅਮਰੀਕਾ ਫਿਰ ਰਸ਼ੀਆ ਤੇ ਫਿਰ ਇਹ ਸਾਰੇ ਦੇਸ਼ਾਂ ਦੀ ਤੁਸੀਂ ਲਿਸਟ ਦੇਖ ਸਕਦੇ ਆ ਇਹ ਦੁਨੀਆ ਚ ਸਭ ਤੋਂ ਵੱਧ ਹਥਿਆਰ ਵੇਚਦੇ ਆ ਹਾਂਜੀ ਤੇ ਹੁਣ ਤੁਹਾਨੂੰ ਇੱਕ ਚੀਜ਼ ਦਿਖਾਉਣੇ ਇੱਧਰ ਆਸਟ੍ਰੇਲੀਆ ਵਾਲੇ ਵੀਰਾਂ ਨਾਲ ਜਰੂਰ ਸਾਂਝੀ ਕਰਿਓ ਉਹਨਾਂ ਨੂੰ ਟੈਗ ਕਰਿਓ ਤੇ ਦਿਖਾਓ ਜੀ ਬਾਈ ਜੀ ਇੱਕ ਚੀਜ਼ ਆਈ ਹੈ ਬਹੁਤ ਆਹ ਦੇਖੋ ਜੀ ਇਹ ਹੈਗਾ ਆਸਟ੍ਰੇਲੀਆ ਹਾਂਜੀ ਤੇ ਇਹ ਹੈਗਾ ਜੀ ਅਰਾਫੂਰਾ ਸਮੁੰਦਰ ਅਰਾਫੂਰਾ ਅਰਾਫੂਰਾ ਬਾਈ ਜੀ ਇੱਥੇ ਰੌਲਾ ਪੈ ਗਿਆ ਅੱਜ ਰੌਲਾ ਇਹ ਪਿਆ ਹੁਣ ਤੁਹਾਨੂੰ ਦੇਖੋ ਜੀ ਇਹ ਆਸਟ੍ਰੇਲੀਆ ਹਾਂਜੀ ਤੇ ਇੱਥੇ ਤੁਹਾਨੂੰ ਕਿਤੇ ਵੀ ਨਕਸ਼ੇ 'ਚ ਚੀਨ ਦੀਦਾ ਨਹੀਂ ਦੀਦਾ ਨਾ ਚੀਨ ਵਾਲੇ ਪਤੰਦਰ ਇੱਥੇ ਘੁੰਮਦੇ ਸੀ ਯਾਰ ਆ ਪੂਰਾ ਤੇ ਇੱਥੇ ਸੀ ਚੀਨ ਦੇ ਆਪਣੇ ਸ਼ਿਪ ਘੁੰਮਦੇ ਨੇਵੀ ਵਾਲੇ ਤੇ ਬਾਈ ਜੀ ਹੁਣ ਆਸਟ੍ਰੇਲੀਆ ਨੇ ਤਾਂ ਆਪਣੇ ਇਲਾਕੇ ਦੇ ਨੇੜੇ ਤੇੜੇ ਆਪਣੇ ਪਲੇਨ ਘਮਾਉਣੇ ਹੀ ਆ ਸੋਏ ਜੀ ਆਪਣੇ ਚੀਨ ਵਾਲਿਆਂ ਦੇ ਸ਼ਿਪ ਦੇਖੋ ਬਾਈ ਜੀ ਧੱਕੇਸ਼ਾਹੀ ਦੇਖੋ ਚੀਨ ਦੀ ਹੈਗਾ ਵੀ ਏਰੀਆ ਆਸਟ੍ਰੇਲੀਆ ਦੇ ਕੋਲੇ ਹੀ ਆ ਚੀਨ ਤਾਂ ਮੈਪ 'ਚ ਕਿਤੇ ਦਿਦਾ ਵੀ ਨਹੀਂ ਸੀ ਜਿੱਥੇ ਆ ਚੀਨ ਦੇ ਆਪਣੇ ਨੇਵੀ ਵਾਲੇ ਛੇਪੇ ਦੋ ਘੁੰਮਦੇ ਸੀ ਇਨੀ ਪਤੰਦਰਾ ਨੇ ਕੀ ਕੀਤਾ ਬਾਈ ਜੀ ਇਨੀ ਕੀ ਕੀਤਾ ਆਪਣੇ ਆਸਟ੍ਰੇਲੀਆ ਦਾ ਹੁਣ ਜਿਹੜਾ ਪਲੇਨ ਆ ਇਹ ਸਬਮਰੀਨ ਡਿਟੈਕਟ ਕਰਨ ਵਾਲਾ ਪਲੇਨ ਆ ਪੀ 8 ਪਲੇਨ ਆ ਇਹ ਬੋਇੰਗ ਵਾਲੇ ਤਿਆਰ ਕਰਦੇ ਆ ਇਹ ਦੇਖ ਸਕਦੇ ਆ ਆਸਟ੍ਰੇਲੀਆ ਦਾ ਇਹ ਪਲੇਨ ਆ ਦੇਖੋ ਤਾਂ ਤਸਵੀਰ ਤੋਂ ਸਾਨੂੰ ਪਤਾ ਲੱਗ ਜਾਣਾ ਕਿ ਆਸਟ੍ਰੇਲੀਆ ਵਾਲਾ ਹੀ ਆ ਸੋ ਇਹ ਬਾਈ ਜੀ ਆਪਣੇ ਉੱਥੇ ਆਰਾ ਫੂਰਾ ਚ ਘੁੰਮਦਾ ਸੀ ਚੀਨ ਹਲਿਆ ਨੇ ਕੀ ਕੀਤਾ ਉਹ ਨਹੀਂ ਬਾਈ ਜੀ 레이జర్ ਛੱਡੇ ਉਹਨਾ ਉਹਨਾ ਛਿਪਾਂ ਤੋਂ ਤੇ ਬਾਈ ਇਸ ਚ ਇਸ ਪਲੇਨ ਤੇ ਮਾਰੇ ਤੇ ਇਸ ਦੇ ਜਿਹੜੇ ਇਸ ਨੂੰ ਚਲਾ ਰਹੇ ਸੀ ਜਾਂ ਵਿੱਚ ਬੈਠੇ ਸੀ ਇਹਨਾਂ ਦੀ ਮੌਤ ਦਾ ਕਾਰਨ ਹੋ ਸਕਦੀ ਸੀ ਉਹ 레이జర్ ਆਪਣੇ ਚੀਨ ਵਾਲੇ ਕਹਿੰਦੇ ਭਈ ਬਾਈ ਜੀ ਇਹ ਵਾਲਾ ਪਲੇਨ ਸਾਡੇ ਮਤਲਬ ਸ਼ਿਪਾਂ ਤੇ ਜੋ ਵੀ ਕਰਨ ਆਇਆ ਸੀ ਜਸੂਸੀ ਕਰਦਾ ਸੀ ਜਾਂ ਵਾਟ ਐਵਰ ਆਸਟ੍ਰੇਲੀਆ ਵਾਲੇ ਕਹਿੰਦੇ ਅਸੀਂ ਤਾਂ ਆਪਣੇ ਏਰੀਆ ਚ ਘੁੰਮਦੇ ਸੀ ਚੀਨ ਵਾਲਿਆਂ ਨੇ ਲੇਜ਼ਰ ਮਾਰਿਆ ਭਈ ਅੱਖਾਂ ਚ ਜੋ ਵੀ ਹੋਇਆ ਭਈ ਹਾਂਜੀ ਐਕਸੀਡੈਂਟ ਹੋਣ ਲੱਗਾ ਸੀ ਸਾਡੇ ਮਰਨ ਲੱਗੇ ਸੀ ਇੰਦਾ ਵਿੱਚ ਜੋ ਵੀ ਬੈਠੇ ਸੀਗੇ ਆਸਟ੍ਰੇਲੀਅਨ 에ਅਰ ਫੋਰਸ ਵਾਲੇ ਸੋ ਆਸਟ੍ਰੇਲੀਆ ਤੇ ਚੀਨ ਦਾ ਬਹੁਤ ਤਕੜਾ ਪੰਗਾ ਪਿਆ ਹੋਇਆ ਆ ਤੇ ਹੋਰ ਵੀ ਜਿੱਦਾਂ ਅਪਡੇਟ ਆਉਂਦੀ ਆਪਾਂ ਸਾਂਝੀਆ ਕਰਾਂਗੇ ਚੀਨ ਤਾਈਵਾਨ ਨੂੰ ਵੀ ਦੱਬੀ ਜਾਂਦਾ ਉਧਰ ਜਿੱਦਾਂ ਮੈਂ ਦੱਸਿਆ ਇਰਾਕ ਈਰਾਨ ਨੇ ਮਜੇਲ ਛੱਡਤੀ ਉਧਰ ਆਪਣੇ ਅਮਰੀਕਾ ਵਾਲਿਆਂ ਨੂੰ ਇਰਾਕ ਚ ਬਹੁਤ ਕੁਝ ਚੱਲਦਾ ਪਿਆ ਦੁਨੀਆਦਾਰੀ ਚ ਤੇ ਬਾਕੀ ਹੋਰ ਵੀ ਨਿਊਜ਼ ਦਿਖਾਉਣੇ ਆ ਤੇ ਹਾਂਜੀ ਮੈਂ ਗੱਲ ਕੀਤੀ ਸੀ ਇੱਕ ਟਿਮ ਹਾਟਨ ਦੀ ਟਿਮ ਹਾਟਨ ਦੀ ਕੱਲੇ ਗੱਲ ਕੀਤੀ ਆਪਾਂ ਨਵੀਂ ਦਿੱਲੀ ਚ ਹਾਂਜੀ ਸਹੀ ਸੁਣਿਆ ਤੁਸੀਂ ਭਾਰਤ ਚ ਵੀ ਟਿਮ ਹਾਟਨ ਖੁੱਲਣ ਜਾ ਰਿਹਾ ਆ ਹਾਂਜੀ ਸਹੀ ਸੁਣਿਆ ਤੁਹਾਡੇ ਅੱਥਰਾਂ ਦੇ ਸਰੀ ਦਾ ਠੱਗ ਹੀ ਆਂਟਾ ਜਿਹਨੂੰ ਸਾਰੀ ਦੁਨੀਆ ਗਾਲਾਂ ਦਿੰਦੀ ਆ ਤੇ ਜਿਹੜਾ ਕਹਿੰਦਾ ਸੀ ਹਿੰਦੀ ਦੀ ਏਕਾਤ 2 ਡਾਲਰ ਦੀ ਆ 2 ਡਾਲਰ ਨਹੀਂ ਭਰਾਵਾ 1 ਡਾਲਰ 67 ਸੈਂਟ ਦੀ ਸਮਾਲ ਚਾਹ ਆਈਟੀ ਹੁੰਦੀ ਆ ਸੋ ਟਿਮ ਹੌਟਨ ਬਾਈ ਜੀ ਦਿੱਲੀ ਚ ਇਸ ਸਾਲ ਦੇ ਅੰਤ ਚ ਖੁੱਲਣ ਜਾ ਰਿਹਾ 14 ਦੇਸ਼ਾਂ ਚ ਟਿਮ ਹੌਟ ਨੇ ਆ ਮੋਸਟਲੀ ਇਹ ਮਸ਼ਹੂਰ ਕੈਨੇਡਾ ਚ ਆ ਸੋ ਸਾਰੇ ਕੈਨੇਡੀਅਨਾਂ ਦੀ ਪਹਿਲੀ ਪਸੰਦ ਹੈ ਜੀ ਟਿਮ ਹੌਟਨ ਦੀ ਚਾਹ ਤੋਂ ਬਿਨਾ ਫ੍ਰੈਂਚ ਮਨੀਲਾ ਕੌਫੀ ਤੋਂ ਬਿਨਾ ਹਾਂਜੀ ਕੰਮ ਨਹੀਂ ਹੁੰਦਾ ਕਿਸੇ ਤੋਂ ਵੀ ਇੱਕ ਕਿਸਮ ਦਾ ਨਸ਼ਾਈ ਲੱਗਿਆ ਸਾਰੇ ਕੈਨੇਡਾ ਵਾਸੀਆਂ ਨੂੰ ਇਹ 14 ਦੇਸ਼ਾਂ ਜੀ ਦੀਆਂ ਲੋਕੇਸ਼ਨਾਂ ਆ ਆ ਦੇਖ ਸਕਦੇ ਆ ਚੀਨ ਚ ਹਾਂਜੀ ਆਪਣੇ ਫਿਲਪੀਨ ਚ ਇਧਰ ਆਪਣੇ ਸਾਊਦੀ ਚ ਹਾਂਜੀ ਡਾ ਜੁਏਈ ਸਾਰੇ ਇਹਦੀਆਂ ਲੋਕੇਸ਼ਨਾਂ ਹੈਗੀਆਂ ਬਹਿਰੀਨ ਚ ਕਤਰ ਚ ਜੋ ਵੀ ਆ ਹਾਂਜੀ ਤੇ ਆਪਣੇ ਸਭ ਤੋਂ ਵੱਦੀ ਦੀਆਂ ਕੈਨੇਡਾ ਚ ਆ ਅਮਰੀਕਾ ਤੇ ਮੈਕਸੀਕੋ ਚ ਵੀ ਦੀਆਂ ਲੋਕੇਸ਼ਨਾਂ ਟਿਮ ਹਾਟਨ ਦੀਆਂ ਤੇ ਹੁਣ ਦਿੱਲੀ ਚ ਵੀ ਇਹ ਖੁੱਲਣ ਜਾ ਰਿਹਾ ਇਸ ਸਾਲ ਦੇ ਅੰਤ ਤੱਕ ਇੰਗਲੈਂਡ ਤੇ ਸਪੇਨ ਚ ਵੀ ਹੈਗਾ ਆ ਇੱਕ ਪਲੇਅਰ ਹੋਇਆ ਜੀ ਹਾਕੀ ਦਾ ਇਹਨਾਂ ਦੀ ਹਾਕੀ ਦਾ ਟਿਮ ਹਾਟਨ ਉਸ ਇਨਸਾਨ ਦਾ ਨਾਮ ਸੀਗਾ 44 ਸਾਲ ਦੀ ਉਮਰ ਚ ਉਹਦੀ ਐਕਸੀਡੈਂਟ ਚ ਮੌਤ ਹੋ ਗਈ ਸੀ 34 ਸਾਲ ਦੀ ਉਮਰ ਚ ਉਸਨੇ ਇਹ ਸ਼ੁਰੂ ਕੀਤਾ ਸੀ ਟਿਮ ਹਾਟਨ ਸੋ ਜਿਹੜੇ ਕੈਨੇਡਾ ਦੇ ਵਾਸੀ ਆ 3 ਕਰੋੜ 65 ਲੱਖ ਸਭ ਨੂੰ ਪਤਾ ਵੀ ਟਿਮ ਹਾਟਨ ਕੀ ਆ ਸੋ ਟਿਮ ਹਾਟਨ ਤੋਂ ਬਿਨਾ ਬਾਈ ਜੀ ਕੈਨੇਡਾ ਚ ਕੰਮ ਨਹੀਂ ਹੁੰਦਾ ਸਿੱਧੀ ਜੀ ਗੱਲ ਆ ਸੋ ਹੁਣ ਇੰਡੀਆ ਚ ਵੀ ਇਹ ਓਪਨ ਹੋਣ ਜਾ ਰਹੀ ਆ ਜੀ 14ਵਾਂ ਦੇਸ਼ ਆ 15ਵਾਂ ਇੰਡੀਆ ਜਿੱਥੇ ਟਿਮ ਹਾਡਨ ਓਪਨ ਹੋਣਾ ਤੇ ਹੋਰ ਦਿਖਾਉਣੇ ਆ ਜੀ ਦੋਗ ਚੀਜ਼ਾਂ ਤੇ ਵੱਧੋ ਵੱਧ ਸ਼ੇਅਰ ਕਰਿਆ ਕਰੋ ਜੀ ਵੀਡੀਓ ਕਹਿਨ ਦੀ ਲੋੜ ਹੀ ਨਾ ਪਵੇ ਤੇ ਬਾਕੀ ਬਾਈ ਜੀ ਆਪਾਂ ਨੂੰ ਸਰੀ ਤੋਂ ਵੀ ਦੇਖਦੇ ਲਗਭਗ ਸਾਰੇ ਹੀ ਤੇ ਇੱਕ ਨਵੀਂ ਖੁਸ਼ੀ ਵਾਲੀ ਗੱਲ ਆ ਸਰੀ ਤੋਂ ਬੈਨਕੂਬਰ ਤੋਂ ਸਿਆਟਲ ਤੱਕ ਆਪਣੀ ਹਾਈ ਸਪੀਡ ਟ੍ਰੇਨ 400 ਤੋਂ ਵੱਧ ਦੀ ਸਪੀਡ ਵਾਲੀ 1 ਘੰਟੇ 'ਚ 400 ਕਿਲੋਮੀਟਰ ਤੋਂ ਵੱਧ ਦੀ ਸਪੀਡ ਵਾਲੀ ਉਹਦੇ ਲਈ ਅਪਰੂਵ ਕਰਤਾ ਜੀ ਵਸ਼ਿੰਗਟਨ ਵਾਲਿਆਂ ਨੇ ਤਾਂ 150 ਮਿਲੀਅਨ ਡਾਲਰ ਅਪਰੂਵ ਕਰਤਾ ਆ ਬੈਨਕੂਬਰ ਸਿਆਟਲ ਹਾਈ ਸਪੀਡ ਰੇਲ ਕਹਿੰਦੇ ਆਪਾਂ ਹਨਾ ਪਈ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਆ ਸੋ ਜਿੱਦਾਂ ਵੀ ਇੱਥੋਂ ਫਿਰ ਜੈ ਸਰੀ ਤੋਂ ਸੈਟਲ ਜਾਣਾ ਪਿਆ ਕਰਨਾ ਫਿਰ 20 30 ਮਿੰਟ ਚ ਪਹੁੰਚ ਜਾ ਕਰਨਾ ਤੇ ਬਾਕੀ ਜਾਂਦੇ ਆਂ ਦੇ ਲਾਸਟ ਤਸਵੀਰ ਹੋਰ ਜੀ ਤੇ ਬਾਈ ਜੀ ਆ ਸਵੇਰੇ ਵੀ ਦਿਖਾਈ ਸੀ ਉਹ ਵੀਡੀਓ ਪਰ ਇੰਨੇ ਲੋਕਾਂ ਤੱਕ ਪਹੁੰਚੀ ਨਹੀਂ ਫਿਰ ਇੱਕ ਵਾਰੀ ਦਿਖਾ ਦਿੰਨੇ ਆ ਆ ਵੀ ਇੱਕ ਪੰਜਾਬੀ ਚੈਨਲ ਦੀ ਕਰਤੂਤ ਦੇਖ ਲਓ ਆਪਣੀ ਨਕਲੀ ਵੀਡੀਓ ਸੀ ਪਿੱਛੇ ਐਫਲ ਟਾਵਰ ਆ ਪੈਰਿਸ ਵਾਲਾ ਤੇ ਇਹ ਨਹੀਂ ਲਿਖਦਾ ਜੀ ਇਹ ਕੋਈ ਫਿਲਮ ਦਾ ਦ੍ਰਿਸ਼ ਨਹੀਂ ਯੂਕਰੇਨ ਦੀ ਅਸਲੀ ਵੀਡੀਓ ਆ ਕੀ ਯਕੀਨ ਕਰੇ ਭਰਾਵੋ ਮੀਡੀਆ ਦਾ ਕੋਈ ਦਿਖਾਈ ਜਾਂਦਾ ਕਿਸੇ ਫੇਕ ਆਈਡੀ ਨੇ ਲਿਖਤਾ ਭਈ ਆਪਾਂ ਹਨਾ ਸੰਦੀਪ ਵੀਰ ਨੂੰ ਮਾਰਿਆ ਤੇ ਕੋਈ ਦਿਖਾਈ ਜਾਂਦਾ ਜੀ ਯੂਕਰੇਨ ਆ ਹਾਂਜੀ ਉਹ ਤਾਂ ਨਕਲੀ ਵੀਡੀਓ ਆ ਪਿੱਛੇ ਉਹ ਦੇਖ ਸਕਦੇ ਆ ਸੋ ਭਰਾਵੋ ਗੋਦੀ ਮੀਡੀਆ ਤੋਂ ਕੱਟ ਨਹੀਂ ਗਿਆ ਪੰਜਾਬ ਦਾ ਮੀਡੀਆ ਸੋ ਆਪਾਂ ਦਾ ਰਿਕੁਐਸਟ ਹੀ ਕਰ ਸਕਦੇ ਆ ਹਾਂਜੀ ਸੋ ਬਾਕੀ ਸਾਰੇ ਪਾਸੇ ਵੀਡੀਓ ਸ਼ੇਅਰ ਕਰੋ ਸਾਰਿਆਂ ਤੱਕ ਪਹੁੰਚਾਓ ਜਾਂਦੇ ਜਾਂਦੇ ਰਿਕੁਐਸਟ ਇੱਕਿਆ ਜੀ ਕਲਿੱਕ ਕਰ ਦਿਆ ਕਰੋ ਸਪੈਸ਼ਲੀ ਐਨ ਆਰ ਆਈ ਤੇ ਮੋਦੀ ਬਚਾਊਗਾ ਰੂਸ ਨੂੰ ਤੇ ਆ ਲਿੰਕ ਪਾ ਦੇਣਾ ਜੀ ਆਪਾਂ ਤੇ ਸਾਰੇ ਰਿਕੁਐਸਟ ਕਰਿਓ ਜੀ ਰਿਕੁਐਸਟ ਨਹੀਂ ਸੱਚ ਕਲਿੱਕ ਕਰਿਓ ਸਭ ਨੂੰ ਪਤਾ ਹੀ ਆ ਕਿੱਦਾਂ ਕਰਨੀ ਸਪੈਸ਼ਲੀ ਨਿਊਜ਼ੀਲੈਂਡ ਆਸਟ੍ਰੇਲੀਆ ਤੇ ਇੰਗਲੈਂਡ ਵਾਲੇ ਰਿਕੁਐਸਟ ਹੈ ਸਿਰ ਤੇ ਆਉਣੀਆਂ ਜੀ ਇੱਕ ਆਪਣੇ ਸਿਰ ਤੇ ਆਉਣੀਆਂ ਜੀ ਕਹਿੰਦੇ ਮੋਟਰਸਾਈਕਲ ਲੈ ਲਓ ਗਰਮੀ ਆ ਗਈਆਂ ਚੋਚ ਭਜਾਓ ਤੇ ਭੇਡਾਂ ਦੀ ਕਰਾਓ ਤੇ ਓਕੇ ਜੀ ਲਿੰਕ ਪਾਉਣੇ ਸਾਰੇ ਕਲਿੱਕ ਕਰਿਓ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਭੇਡਾਂ ਦਾ ਕਾਹ ਲਿੰਦੀ ਜਸਵਾਲ ਮਿਲਦੇ ਆ ਫਿਰ ਸਵੇਰ ਨੂੰ ਨਵੀਂ ਵੀਡੀਓ ਨਾਲ ਹੱਸਦੇ ਰਹੋ ਵਸਦੇ ਰਹੋ ਅਦਿਓਸ ਤੇ ਆਸਟ੍ਰੇਲੀਆ ਵਾਲਿਆਂ ਨੂੰ ਟੈਗ ਕਰਿਓ ਤੇ ਲਿੰਕ ਪਾਉਣਾ ਜੀ ਵੀਡੀਓ ਵੱਧੋ ਵੱਧ ਸ਼ੇਅਰ ਕਰੋ ਤੇ ਲਿੰਕ ਜ਼ਰੂਰ ਕਲਿੱਕ ਕਰਿਓ ਮਿਲਦੇ ਆ ਸਵੇਰ ਨੂੰ ਸ਼ੁਗਰੀਆ